ਉਥਾਨਕਾ ਬਾਬਤ ਜ਼ਿਕਰ ਹੈ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸੱਜੇ ਹੋਏ ਨੇ। 22 ਧਾਰ ਦੇ ਰਾਜੇ ਦਰਸ਼ਨਾਂ ਲਈ ਆਏ। ਵੇਖੋ ਇਹ ਪਹਾੜਾਂ ਦੇ ਵਿੱਚ 22 ਧਾਰਾਂ ਨੇ, 22 ਰੇਂਜਿਸ ਕਹਿ ਲਓ, ਦਾ ਰੇਂਜਿਸ ਇਨ ਮਾਊਂਟੇਨਸ, ਤਕਰੀਬਨ 22 ਧਾਰਾਂ ਨੇ ਜੋ ਨਦੀਆਂ ਦੇ ਵਹਾਅ ਕਰਕੇ ਬਣੀਆਂ ਨੇ, ਵੱਖੋ ਵੱਖ ਰਿਆਸਤਾਂ ਬਣੀਆਂ ਹੋਈਆਂ ਨੇ। ਉਹ 22 ਰਿਆਸਤਾਂ 'ਚੋਂ 11 ਰਿਆਸਤਾਂ ਉਦੋਂ ਹਲਕਾ ਜਲੰਧਰ ਵਿੱਚ ਪੈਂਦੀਆਂ ਸਨ ਅਤੇ 11 ਹੀ ਰਿਆਸਤਾਂ ਹਲਕਾ ਡੂਗਰ ਵਿੱਚ ਪੈਂਦੀਆਂ ਸਨ। ਚੰਬਾ, ਨੂਰਪੁਰ, ਗੁਲੇਰ ਆਦਿਕ 11 ਰਿਆਸਤਾਂ ਜਲੰਧਰ ਹਲਕੇ 'ਚ, ਅਤੇ ਇਸੇ ਤਰ੍ਹਾਂ ਬਸੋਲੀ, ਮਾਨਕੋਟ ਆਦਿਕ ਇਹ ਡੂਗਰ ਹਲਕੇ 'ਚ ਪੈਂਦੀਆਂ ਸਨ। ਇਹਨਾਂ 'ਚੋਂ ਰਾਜਾ ਭੀਮ ਚੰਦ ਕਹਿਲੂਰੀਆ ਵੱਡਾ ਰਾਜਾ ਸੀ। ਉੱਥੇ ਕਿਰਪਾਲ ਚੰਦ ਕਟੋਰੀਆ, ਰਾਜਾ ਸੁਖਦਿਆਲ, ਰਾਜਾ ਕੇਸਰੀ ਚੰਦ, ਇਹ ਜਿੰਨੇ ਵੀ ਰਾਜੇ ਸਨ ਇਹਨਾਂ ਨਾਲ ਗੁਰੂ ਪਾਤਸ਼ਾਹ ਦੇ ਜੰਗ ਹੁੰਦੇ ਰਹੇ ਨੇ, ਕਿਉਂਕਿ ਮੁਗਲੀਆ ਸਲਤਨਤ ਦੇ ਗੁਲਾਮ ਸਨ ਅਤੇ ਜਿਹੜਾ ਮੁਗਲਾਂ ਦੇ ਖਿਲਾਫ ਬਗਾਵਤ ਕਰਦਾ ਸੀ ਉਹਦੀ ਬਗਾਵਤ ਦਬਾਉਣ ਲਈ ਸਨਾਤਨ ਮਤੀਏ ਹੋ ਕੇ ਵੀ ਮੁਗਲਾਂ ਦਾ ਸਾਥ ਦਿੰਦੇ ਸਨ। ਇਹ ਚਰਨਾਂ 'ਚ ਬੈਠੇ ਨੇ ਪਾਤਸ਼ਾਹ ਦੇ। ਮਹਾਰਾਜ ਨੇ ਇੱਥੇ ਹੁਕਮ ਕੀਤਾ, ਉਪਦੇਸ਼ ਦਿੱਤਾ ਵੀ ਦੇਖੋ ਜ਼ਾਲਮ ਬਾਦਸ਼ਾਹ ਹੈ ਔਰੰਗਜ਼ੇਬ। ਬਾਦਸ਼ਾਹ ਪਰਜਾ ਦੀ ਰੱਖਿਆ ਲਈ ਹੁੰਦਾ, ਪਰ ਔਰੰਗਜ਼ੇਬ ਜ਼ੁਲਮੋ ਸਤਮ ਢਾ ਰਿਹਾ ਹੈ ਪਰਜਾ 'ਤੇ, ਸਨਾਤਨ ਮਤ ਨੂੰ ਮਿਟਾਉਣਾ ਚਾਹੁੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ, ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ, ਪਰ ਸੀ ਨਾ ਉੱਚਰੀ। ਹੁਣ ਵੀ ਔਰੰਗਜ਼ੇਬ ਜ਼ੁਲਮੋ ਸਤਮ ਢਾਉਣੋਂ ਨਹੀਂ ਹਟ ਰਿਹਾ। ਆਓ ਇਕੱਠੇ ਹੋਈਏ, ਆਓ ਮੁਗਲਾਂ ਦਾ ਮੁਕਾਬਲਾ ਕਰੀਏ, ਜ਼ਾਲਮਾਨਾ ਰਾਜ ਤੋਂ ਭਾਰਤ ਵਰਸ਼ ਨੂੰ, ਮਜ਼ਲੂਮਾਂ ਨੂੰ ਆਜ਼ਾਦ ਕਰਾਈਏ। ਬੜਾ ਜ਼ੁਲਮ ਕਰਦਾ ਸੀ ਔਰੰਗਜ਼ੇਬ, ਕਲਗੀਧਰ ਪਾਤਸ਼ਾਹ ਨੇ ਜ਼ਫਰਨਾਮੇ 'ਚ ਵੀ ਕਿਹਾ ਹੈ, ਸ਼ਹਿਨ ਸ਼ਾਹੇ ਔਰੰਗਜ਼ੇਬ ਆਲਮੀਨ, ਕੇਦਾਰ ਆਏ ਦੌਰਸਤ ਦੂਰਸਤ ਦੀਨ। ਧਰਮ ਦਾ ਲਿਬਾਸ ਔਰੰਗਜ਼ੇਬ ਤੂੰ ਪਾਇਆ ਹੈ, ਪਰ ਧਰਮ ਤੋਂ ਦੂਰ ਹੈ, ਕਿਉਂਕਿ ਤੂੰ ਕਤਲੋ ਗੈਰਤ ਕਰਦਾ ਹੈ, ਤੂੰ ਜ਼ੁਲਮ ਢਾਉਣਾ ਹੈ, ਹੋਰਾਂ ਧਰਮਾਂ ਦਾ ਖੁਰਾ ਖੋਜ ਮਿਟਾਉਣਾ ਹੈ। ਰੱਬ ਦੀ ਬਣਾਈ ਇਸ ਸ੍ਰਿਸ਼ਟੀ ਵਿੱਚ ਜੋ ਕੁਝ ਉਸਨੇ ਪੈਦਾ ਕੀਤਾ ਹੈ, ਜੋ ਵੀ ਧਰਮ ਨੇ, ਮਜ਼ਹਬ ਨੇ, ਮਤ ਨੇ, ਉਹਨੂੰ ਪਾਉਂਦੇ ਨੇ ਅਤੇ ਪੈਦਾ ਕਰਦਾ ਹੈ, ਅਤੇ ਤੂੰ ਉਹਦੀ ਕਰਨੀ ਵਿੱਚ ਦਖਲ ਦਿੰਦਾ ਹੈ, ਦੂਸਰੇ ਮਜ਼ਹਬ ਦੂਸਰੇ ਧਰਮਾਂ ਨੂੰ ਖਤਮ ਕਰਦਾ ਹੈ, ਸੋ ਪਾਪ ਕਰਦਾ ਹੈ। 22 ਧਾਰ ਦੇ ਰਾਜਿਆਂ ਨੂੰ ਪਾਤਸ਼ਾਹ ਕਹਿੰਦੇ ਤੁਹਾਡੇ ਕੋਲ ਰਾਜ ਭਾਗ ਨੇ, ਤੁਹਾਡੇ ਕੋਲ ਖਜ਼ਾਨੇ ਨੇ, ਲਾਓ ਲਸ਼ਕਰ ਨੇ, ਆਓ ਰਲ ਮਿਲ ਕੇ ਮੁਗਲਾਂ ਦਾ ਮੁਕਾਬਲਾ ਕਰੀਏ, ਔਰੰਗਜ਼ੇਬ ਦਾ ਮੁਕਾਬਲਾ ਕਰੀਏ, ਭਾਰਤ ਵਰਸ਼ ਨੂੰ, ਗਰੀਬ ਗੁਰਬੇ ਨੂੰ, ਮਜ਼ਲੂਮ ਨੂੰ ਆਜ਼ਾਦ ਕਰਾਈਏ, ਧਰਮ ਦੀ ਰੱਖਿਆ ਕਰੀਏ। ਕਹਿੰਦੇ ਮੈਂ ਸਿਰ ਲੱਥ ਯੋਧਿਆਂ ਦਾ ਪੰਥ ਸਾਜਣ ਲੱਗਾ ਹਾਂ, ਸਿੱਖ ਪੰਥ ਨੂੰ ਖਾਲਸਾ ਪੰਥ ਵਿੱਚ ਤਬਦੀਲ ਕਰਨ ਲੱਗਾ ਹਾਂ, ਮੈਂ ਦੁਨੀਆਂ 'ਤੇ ਕਹਿੰਦੇ ਇਸੇ ਕਾਰਜ ਲਈ ਆਇਆ ਹਾਂ।
ਯਹੀ ਕਾਜ ਧਰਾਹਮ ਜਨਮੰਗ ਸਮਝ ਲਿਹੋ, ਸਾਧੂ ਸਭ ਮਨਮੰਗ ਧਰਮ ਚਲਾਵਨ, ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਆਓ ਮੇਰੇ ਨਾਲ, ਨੀਵੀਂ ਪਾਲੀ ਬਾਈ ਧਾਰ ਦੇ ਰਾਜਿਆਂ ਨੇ ਕਹਿੰਦੇ ਜੀ ਤੁਹਾਡੇ ਬਚਨ ਸਾਰੇ ਹੀ ਠੀਕ ਨੇ, ਪਰ ਸਾਡੀ ਇਹ ਸਮਰੱਥਾ ਨਹੀਂ, ਸ਼ਕਤੀ ਨਹੀਂ ਵੀ ਔਰੰਗਜ਼ੇਬ ਦਾ ਮੁਕਾਬਲਾ ਕਰ ਸਕੀਏ। ਚਾਹੇ ਅਸੀਂ ਬਾਦਸ਼ਾਹ ਔਰੰਗਜ਼ੇਬ ਦੇ ਅਧੀਨ ਆ, ਚਾਹੇ ਉਹਦੇ ਹੁਕਮ ਵਿੱਚ ਚੱਲਣਾ ਪੈਂਦਾ ਹੈ, ਚਾਹੇ ਅਸੀਂ ਗੁਲਾਮ ਹਾਂ, ਕਮ ਸੇ ਕਮ ਫਿਰ ਵੀ ਕੁਝ ਨਾ ਕੁਝ ਰਾਜ ਭਾਗ ਸਾਡੇ ਕੋਲ ਹੈ। ਮਹਾਰਾਜ, ਔਰੰਗਜ਼ੇਬ ਦਾ ਵਿਰੋਧ ਕਰਕੇ ਇਹ ਵੀ ਗਵਾ ਬਵਾਂਗੇ। ਅਤੇ ਮਹਾਰਾਜ ਕਹਿੰਦੇ ਜਿਹੜਾ ਭਾਰਤ ਵਰਸ਼ ਦੇ ਸਾਰੇ ਲੋਕਾਂ ਦਾ ਦੀਨ ਬਦਲ ਰਿਹਾ ਹੈ, ਕੀ ਗੱਲ ਤੁਹਾਡੇ ਵੱਲ ਇੱਕ ਦਿਨ ਨਹੀਂ ਆਵੇਗਾ? ਤੁਹਾਡਾ ਅਧੀਨ ਨਹੀਂ ਰਹੇਗਾ, ਇਹ ਤਖਤ ਵੀ ਇੱਕ ਨਾ ਇੱਕ ਦਿਨ ਉਹਨੇ ਖੋ ਹੀ ਲੈਣੇ ਨੇ। ਅੱਜ ਅਧੀਨ ਉੱਤੇ ਗੱਲ ਵੱਖਰੀ ਹੈ। ਕਹਿੰਦੇ ਮਹਾਰਾਜ ਮੈਂ ਤੁਹਾਨੂੰ ਵੀ ਸਲਾਹ ਦਿੰਦਾ, ਭੀਮ ਚੰਦ ਕਹਿੰਦਾ ਵੀ ਤੁਸੀਂ ਵੀ ਬਗਾਵਤ ਛੱਡ ਕੇ, ਸੰਘਰਸ਼ ਛੱਡ ਕੇ ਚੁੱਪ ਚਾਪ ਆਨੰਦਪੁਰ ਟਿਕੇ ਰਹੋ, ਫਕੀਰੀ ਨੂੰ ਧਾਰ ਕੇ ਰੱਖੋ, ਮੀਰੀ ਵੱਲ ਨੂੰ ਧਿਆਨ ਨਾ ਦਿਓ, ਸ਼ਕਤੀ ਵੱਲ ਨੂੰ ਧਿਆਨ ਨਾ ਦਿਓ। ਗੁਰੂ ਸਾਹਿਬ ਵੀਰ ਰਸ ਵਿੱਚ ਆਏ, ਕਹਿੰਦੇ ਅਫਸੋਸ ਹੈ ਭੀਮ ਚੰਦ, ਤੁਹਾਡੇ ਉੱਤੇ ਤੁਹਾਨੂੰ ਧਰਮ ਨਾਲੋਂ ਰਾਜ ਭਾਗ ਜ਼ਿਆਦਾ ਪਿਆਰਾ ਹੈ। ਮਹਾਰਾਜ ਆਖਣ ਲੱਗੇ ਝੂਠੇ ਰਾਜ ਲਈ ਧਰਮ ਕੁਰਬਾਨ ਕਰ ਰਹੇ ਹੋ। ਐਸੇ ਬਚਨ ਪਾਤਸ਼ਾਹ ਨੇ ਕੀਤੇ, ਵਿਅਰਥ ਹੈ ਤੁਹਾਡੇ ਤੋਂ ਕੋਈ ਉਮੀਦ ਰੱਖਣੀ। ਖੈਰ, ਮੈਂ ਤਾਂ ਖਾਲਸਾ ਪੰਥ ਸਾਜਾਂਗਾ। ਦੀਨ ਦੁਨੀਆ ਦੇ ਮਾਲਕ ਨੇ ਇੱਥੇ ਉਪਦੇਸ਼ ਕੀਤਾ। ਹੁਣ ਦੇਖੋ, ਅਸਲ ਵਿੱਚ ਪਹਾੜੀ ਰਾਜਿਆਂ ਦੀ ਹਾਲਤ ਉਸ ਪੰਛੀ ਵਰਗੀ ਹੈ ਜਿਹੜਾ ਪਿੰਜਰੇ 'ਚ ਬੰਦ ਹੈ। ਮੰਨ ਲਓ ਅੱਜ ਪੰਛੀ ਨੂੰ ਪਿੰਜਰੇ 'ਚ ਬੰਦ ਕੀਤਾ ਹੈ, ਜੇ ਦੋਵਾਂ ਚੋਵਾਂ ਦਸਾਂ ਦਿਨਾਂ 'ਚ ਪਿੰਜਰਾ ਖੋਲ੍ਹ ਦਿਉ ਤਾਂ ਉੱਡ ਜਾਵੇਗਾ। ਜੇ ਲੰਬੇਰਾ ਸਮਾਂ ਗੁਲਾਮ ਰਿਹਾ, 6-7 ਮਹੀਨੇ ਸਾਲ ਤੁਸੀਂ ਰੱਖਿਆ ਉਹਨੂੰ ਪਿੰਜਰੇ 'ਚ, ਪਿੰਜਰਾ ਖੋਲ੍ਹੋਗੇ ਉੱਡੇਗਾ ਨਹੀਂ, ਤੁਹਾਡੇ ਚੁੰਝਾਂ ਮਾਰੇਗਾ, ਕਿਉਂਕਿ ਗੁਲਾਮੀ ਨਾਲ ਪਿੰਜਰੇ ਨਾਲ ਪ੍ਰੇਮ ਪੈ ਗਿਆ ਹੈ। ਭਾਰਤ ਦੇ ਲੋਕਾਂ ਦੀ ਹਾਲਤ ਇਹ ਹੈ, ਮਹਿਮੂਦ ਗਜ਼ਨਵੀ ਦੇ ਸਮੇਂ ਤੋਂ 1001 ਤੋਂ ਗੁਲਾਮ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਿੰਜਰਾ ਖੋਲ੍ਹਣਾ ਚਾਹੁੰਦੇ ਨੇ, ਗੁਰੂ ਕਈ ਉਲਟ ਚੱਲ ਪਏ ਬਾਈ ਧਾਰ ਦੇ, ਸਨਾਤਨ ਮਤੀਏ ਰਾਜੇ। ਹਾਲਤ ਐਸੀ ਹੈ, ਗੁਰੂ ਸਾਹਿਬ ਨੇ ਫਿਰ ਰਾਜਿਆਂ ਦੀ ਚਰਨਾਂ ਵਿੱਚ ਬੈਠੀ ਸਭਾ ਦੇ ਦਰਮਿਆਨ ਬਾਈ ਧਾਰ ਦੇ ਰਾਜੇ ਪਾਸ ਬੈਠੇ ਨੇ, ਬੜੇ ਬੜੇ ਵਿਦਵਾਨ ਪੁਰਸ਼ ਉੱਥੇ, ਪੰਡਿਤ ਜਨ ਬੈਠੇ ਨੇ, ਬ੍ਰਾਹਮਣ ਬੈਠੇ ਨੇ, ਬੜੇ ਬੜੇ ਕਾਜੀ ਮੁੱਲਾ ਬੈਠੇ ਨੇ, ਬੜੇ ਬੜੇ ਜੈਨਿਜ਼ਮ ਦੇ, ਬੁੱਧਿਜ਼ਮ ਦੇ ਸਤ ਪੁਰਸ਼ ਗੁਰੂ ਦੇ ਚਰਨਾਂ ਵਿੱਚ ਬੈਠੇ ਨੇ, ਦਿਦਾਰੇ ਕਰਨ ਆਏ ਨੇ, ਸਾਰਿਆਂ ਦੇ ਪ੍ਰਤੀ ਉਪਦੇਸ਼ ਕਰਦੇ ਨੇ। ਉੱਥੇ ਅਸਾਮ ਦਾ ਰਾਜਾ ਰਤਨ ਰਾਏ ਆਪਣੀ ਮਾਤਾ ਸਵਰਣਮਤੀ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਬੈਠਾ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਸੇਵਕ ਰਾਜਾ ਰਾਮ ਰਾਏ ਅਸਾਮ ਦੇ ਰਾਜੇ ਦਾ ਲਖਤੇ ਜਿਗਰ ਸੀ, ਦਿਲਬੰਦ ਸੀ, ਫਰਜ਼ੰਦ ਸੀ, ਪੁੱਤਰ ਸੀ, ਸਾਰੇ ਬੈਠੇ ਨੇ। ਮਹਾਰਾਜ ਨੇ ਇਹਨਾਂ ਰਾਜਿਆਂ ਨੂੰ ਝੂਠੇ ਰਾਜ ਭਾਗ ਦਾ ਮਾਣ ਤਿਆਗਣ ਦੀ ਸਿੱਖਿਆ ਦਿੱਤੀ।
ਜਿਹੜੇ ਬ੍ਰਾਹਮਣ ਬੈਠੇ ਨੇ, ਵਿਦਵਾਨ ਬੈਠੇ ਨੇ, ਜਿਹੜੇ ਕੇਵਲ ਧਰਮ ਦਾ ਭੇਖ ਧਾਰ ਕੇ ਬੈਠੇ ਨੇ, ਅੰਦਰੋਂ ਪਰਮਾਤਮਾ ਨਾਲ ਪ੍ਰੀਤੀ ਨਹੀਂ ਕਰਦੇ, ਉਹਨਾਂ ਪ੍ਰਤੀ ਉਪਦੇਸ਼ ਦਿੱਤਾ ਕਿ ਪਰਮਾਤਮਾ ਲਈ ਅੰਦਰੋਂ ਵੈਰਾਗ ਪੈਦਾ ਕਰੋ। ਸੁਧਾ ਸਵਈਏ, ਤੁਹੈ ਪ੍ਰਸਾਦ ਸਵਈਏ ਮਹਾਰਾਜ ਨੇ ਉੱਥੇ ਉਚਾਰੇ ਨੇ। ਇਹਨਾਂ ਸਵਈਆਂ ਦੇ ਵਿੱਚ ਕਈ ਵਿਸ਼ਿਆਂ ਦੀ ਵਿਆਖਿਆ ਹੈ, ਧਾਰਮਿਕ ਆਗੂਆਂ ਦੀ ਵਿਆਖਿਆ ਕੀਤੀ ਹੈ, ਕਰਮ ਕਾਂਡ ਵਿੱਚ ਫਸੇ ਹੋਏ ਲੋਕਾਂ ਦੀ ਵਿਆਖਿਆ ਮਹਾਰਾਜ ਨੇ ਕੀਤੀ ਹੈ, ਇੱਥੇ ਸੂਰਬੀਰਾਂ ਦੀ ਗੱਲ ਕੀਤੀ ਹੈ, ਇੱਥੇ ਸੰਸਾਰ ਵਿੱਚ ਐਸ਼ਵਰਿਆ ਵਿੱਚ ਗਲਤਾਨ ਹੋ ਚੁੱਕੇ ਰਾਜਸੀ ਲੋਕਾਂ ਦੀ ਗੱਲ ਕੀਤੀ ਹੈ, ਪ੍ਰਭੂ ਦੇ ਪ੍ਰੇਮ ਦੀ ਗੱਲ ਕੀਤੀ ਹੈ। ਸੋ ਮਹਾਰਾਜ ਪਾਕ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਕਰਦੇ ਨੇ। ਜੇ ਕਿਸੇ ਸਨਾਤਨ ਮਤ ਦੇ ਕਵੀ ਹਿੰਦੂ ਵੀਰ ਦੀ ਕਵਿਤਾ ਹੁੰਦੀ ਤਾਂ ਇੱਥੇ ਮੰਗਲ ਸਰਸਵਤੀ ਦਾ ਜਾਂ ਗਣੇਸ਼ ਜੀ ਦਾ ਆਉਣਾ ਸੀ, ਕਿਉਂਕਿ ਉਹਨਾਂ ਦੇ ਇਸ਼ਟ ਉਹ ਨੇ। ਇਹ ਸਿੱਖ ਜਗਤ ਦੀ ਰਚਨਾ ਹੈ ਅਤੇ ਸਿੱਖ ਜਗਤ ਦਾ ਮੁਰਸ਼ਦ ਕੌਣ ਹੈ, ਇਸ਼ਟ ਕੌਣ ਹੈ, ਅਕਾਲ ਪੁਰਖ। ਇਹੀ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਆਵੇਗਾ ਬਾਣੀ ਵਿੱਚ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਾਵ ਉਹ ਵਾਹਿਗੁਰੂ ਅਦਵੈਤ ਸਰੂਪ ਹੈ, ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਭਾਵ ਉਹ ਸਦਾ ਹੈ, ਸਦੀਵੀ ਹੈ, ਅਵਿਨਾਸ਼ੀ ਸਰੂਪ ਹੈ। ਗੁਰ ਅਗਿਆਨ ਨੂੰ ਖੈ ਕਰਦਾ ਹੈ, ਹਰ ਲੈਂਦਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਕਿਰਪਾਲੂ ਬੜਾ ਹੈ, ਕਿਰਪਾ ਕਰਨ ਵਾਲਾ ਹੈ, ਸਾਰਿਆਂ ਦੀਆਂ ਝੋਲੀਆਂ ਭਰਦਾ ਹੈ। ਦੂਸਰਾ ਭਾਵ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪ ਪਰਮਾਤਮਾ ਸਤਿਗੁਰਾਂ ਦੀ ਕਿਰਪਾ ਦੇ ਸਦਕਾ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਸਦਕਾ ਮਿਲਦਾ ਹੈ, ਪ੍ਰਾਪਤ ਹੁੰਦਾ ਹੈ। ਪਾਤਸ਼ਾਹੀ ਦਸਵੀਂ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰੇਮ ਰਸੀ ਹੈ, ਉੱਥੇ ਲਫ਼ਜ਼ ਮਹੱਲਾ ਵਰਤਿਆ ਹੈ। ਹੁਣ ਇਹ ਭਾਰਤ ਵਰਸ਼ ਦੇ ਗੁਲਾਮ ਲੋਕਾਂ ਨੂੰ ਸੁਰਜੀਤ ਕਰਨ ਦੇ ਲਈ, ਗਾਂਡੀਵ ਸੂਰਮੇ ਬਣਾਉਣ ਦੇ ਲਈ, ਸੰਤ ਤੋਂ ਸਿਪਾਹੀ ਬਣਾਉਣ ਦੇ ਲਈ ਕਲਮ ਦੇ ਰਾਹੀਂ ਪ੍ਰਜ਼ੋਰ ਕਲਮ ਨਾਲ ਪਰਿਭਾਸ਼ਾ ਵੀ ਬੀਰ ਰਸੀ ਕਰ ਦਿੱਤੀ ਕਲਗੀਧਰ ਨੇ, ਕਿਉਂਕਿ ਹੁਣ ਰਾਜ ਦੀ ਗੱਲ ਚੱਲੇਗੀ, ਹਲੇਮੀ ਦਾ ਰਾਜ ਕਾਇਮ ਕਰਨਾ ਹੈ, ਅਤੇ ਭਾਸ਼ਾ ਵੀ ਫਿਰ ਬੜੀ ਮਹਾਰਾਜ ਨੇ ਬੁਲੰਦ ਬਖਸ਼ੀ ਹੈ, ਬੀਰ ਰਸੀ ਬਖਸ਼ੀ ਹੈ, ਜੋਸ਼ੀਲੇ ਬੋਲ ਬਖਸ਼ੇ ਨੇ। ਪਾਤ ਸ਼ਾਹਾ, ਪਾਤ ਤਖਤ ਨੂੰ ਕਹਿੰਦੇ ਨੇ, ਅਤੇ ਗੱਦੀ ਨਸ਼ੀਨ ਤਖਤ 'ਤੇ ਬੈਠਣ ਵਾਲੇ ਨੂੰ ਸ਼ਾਹ ਕਹਿੰਦੇ ਨੇ, ਮਾਲਕ ਰਾਜਾ ਕਹਿੰਦੇ ਨੇ। ਹੁਣ ਗੁਰੂ ਨਾਨਕ ਦੇ ਤਖਤ ਦਾ ਸ਼ਾਹ ਕੌਣ ਹੈ, ਪਾਤ ਦਾ ਸ਼ਾਹ ਕੌਣ ਹੈ? ਗੁਰੂ ਗੋਬਿੰਦ ਸਿੰਘ। ਕਿੰਨਵੇਂ ਗੁਰੂ ਨੇ? ਦਸਵੀਂ, ਦਸਵੇਂ ਪਾਤਸ਼ਾਹ। ਜੋਤ ਉਹ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ, ਸਰੀਰ ਬਦਲਿਆ ਹੈ, ਜੋਤ ਗੁਰੂ ਨਾਨਕ ਸਾਹਿਬ ਵਾਲੀ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਤਵਾ ਪ੍ਰਸਾਦ ਸਵਈਏ, ਤਵੈ ਤੋਂ ਭਾਵ ਹੈ ਤੂੰ ਅਕਾਲ ਪੁਰਖ। ਪ੍ਰਸਾਦ ਕਿਰਪਾ ਕਰਨ ਵਾਲਾ, ਤੂੰ ਕਿਰਪਾ ਕਰਨ ਵਾਲਾ, ਤੇਰੀ ਕਿਰਪਾ ਦੇ ਨਾਲ, ਤੇਰੇ ਪ੍ਰਸਾਦ ਦੇ ਨਾਲ
ਮੈਂ ਇਹ ਸਵਈਏ ਰਚਣ ਲੱਗਾ ਹਾਂ। ਸੋ ਮਹਾਰਾਜ, ਜਿਵੇਂ ਚੌਪਈ ਸਾਹਿਬ ਉਚਾਰਦੇ ਨੇ ਨਾ, ਚੌਵਾਂ ਚੌਵਾਂ ਪਦਿਆਂ ਵਾਲੇ ਉਹ ਬੰਦ ਨੇ, ਉਹਨੂੰ ਚੌਪਈ ਕਹਿ ਦਿੰਦੇ ਨੇ, ਇੱਥੇ ਸਵਈਏ ਨੇ। ਛੰਦਾਂ ਦੀ ਚਾਲ ਦਾ ਨਾਮ ਸਵਈਏ ਹੈ। ਮਹਾਰਾਜ ਹੁਕਮ ਕਰਦੇ ਨੇ, ਸਰਾਵਗ ਸੁੱਧ ਸਮੂਹ ਸਿਧਾਨ ਕੇ, ਦੇਖ ਫਿਰੇ ਉਹ ਘਰ ਜੋਗ ਜਤੀ ਕੇ। ਸਰਾਵਗ, ਸਰੇਵੜਿਆਂ ਨੂੰ ਕਿਹਾ ਗਿਆ ਹੈ। ਇੱਕ ਸੰਸਕ੍ਰਿਤ ਦਾ ਲਫਜ਼ ਹੈ ਸਰਾਵਕ। ਸਰਾਵਕ ਦਾ ਭਾਵ ਸੁਣਨ ਵਾਲਾ ਵੀ ਹੁੰਦਾ ਹੈ, ਸਰੋਤਾ ਵੀ ਹੁੰਦਾ ਹੈ, ਅਤੇ ਸਰਾਵਕ ਜੈਨੀਆਂ ਬੋਧੀਆਂ ਵਿੱਚ ਉਪਦੇਸ਼ਕ ਨੂੰ ਵੀ ਕਹਿੰਦੇ ਨੇ, ਉਪਦੇਸ਼ ਦੇਣ ਵਾਲਾ।